ਆਪਾਂ ਨਾ ਦੋਸਤੋ ਅਕਸਰ ਹੀ ਸੱਥਾਂ 'ਚ ਬੈਠ ਕੇ ਇਹ ਗੱਲਾਂ ਕਰਦੇ ਆਂ ਜਦ ਫਲਾਨੀ ਦੀ ਮੱਝ ਦੇਖੀ ਸੀ ਇੰਨੀ ਸੋਹਣੀ ਇੰਨੀ ਰਾਜੀ ਭਾਵੇਂ ਉੱਪਰ ਮੰਜਾ ਡਾਲਾ ਪਾਲੀ ਕਹਿਣ ਮੱਝ ਸੀ ਯਾਰ ਪਤਾ ਹੀ ਨਹੀਂ ਕਿੰਨਾ ਖਰਚਾ ਕੀਤਾ ਹੋਊਗਾ ਪਰ ਤਾਂ ਦੋਸਤੋ ਆਪਾਂ ਵੀ ਬਿਲਕੁਲ ਸਸਤੇ ਦੇ ਵਿੱਚ ਉਹ ਸਮਾਨ ਆਪਣੇ ਘਰ ਹੀ ਮੌਜੂਦ ਆ ਉਹਦੀ ਵਰਤੋਂ ਕਰਕੇ ਜਿਹੜਾ ਆਪਣਾ ਆਮ ਪਸ਼ੂ ਪਾਲਕਾ ਆਮ ਜ਼ਿਮੀਂਦਾਰਾ ਆਮ ਕਿਸਾਨਾ ਉਹ ਵੀ ਸਰੀ ਦੀਆਂ ਮੱਝਾਂ ਤਿਆਰ ਕਰ ਸਕਦਾ ਉਹ ਕਿਵੇਂ ਆਉ ਜਾਂਦੇ ਆ ਜਿਹੜੇ ਕਿਸਾਨ ਵੀਰ ਨਵੇਂ ਆ ਜਾਂ ਜਿਨ੍ਹਾਂ ਨੇ ਹਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਕਿਰਪਾ ਕਰਕੇ ਲਾਲ ਬਟਨ ਦਬਕ ਕੇ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਦੇਣ ਜੇਕਰ ਤੁਸੀਂ ਇਹ ਵੀਡੀਓ ਫੇਸਬੁੱਕ ਪੇਜ ਉੱਪਰ ਦੇਖ ਰਹੇ ਹੋ ਤਾਂ ਆਪਣੇ ਪੇਜ ਨੂੰ ਫੋਲੋ ਕਰਨਾ ਬਿਲਕੁਲ ਨਾ ਭੁੱਲਣਾ ਹੁਣ ਦੋਸਤੋ ਚਾਹੇ ਆਪਣੀ ਮੱਝ ਗੱਭਣ ਆ ਚਾਹੇ ਸੁਣ ਵਾਲੀ ਆ ਸਭ ਤੋਂ ਪਹਿਲਾਂ ਤਾਂ ਗੱਭਣ ਦਾ ਫਾਰਮੂਲਾ ਸੁਣ ਲਓ ਆਪਾਂ ਕੀ ਕਰਨਾ ਜਦੋਂ ਉਹ ਹੀ ਆਪਣੀ ਮੱਝ ਨੇ ਦੁੱਧ ਦਿਨਾ ਛੜਤਾ ਚਾਹੀ ਉਹ ਪਹਿਲੇ ਸੋਏ ਸੁਣ ਵਾਲੀ ਆ ਉਦੇ ਉੱਪਰ ਵੀ ਇਹੀ ਫਾਰਮੂਲਾ ਵਰਤਣਾ ਤਾਂ ਕੀ ਕਰਨਾ ਹੁਣ ਕਣਕ ਤਾਂ ਆਪਣੇ ਸਾਰੇ ਕਿਸਾਨ ਵੀਰਾਂ ਦੇ ਘਰੀ ਆ ਤੇ ਆਪਾਂ ਪਾਉਣੇ ਵੀ ਕਣਕ ਤੇ ਸੁਰੀ ਹੁੰਨੀ ਹੈਗੀ ਆਪਾਂ ਬਸ ਥੋੜਾ ਚੇਂਜ ਕਰਨਾ ਹੈਗਾ ਆਪਾਂ ਕੀ ਕਰਨਾ ਕਣਕ ਲੈਣੀ ਆ ਕਣਕ ਤਾਂ ਹੁਣ ਗਲੀਆਂ ਦਾ ਆਪਾਂ ਸਾਰੇ ਕਿਸਾਨ ਵੀਰ ਜਾਣਦੇ ਆ ਦਾਣਾ ਏਸੇ ਨੂੰ ਲੇਟੀ ਕਿਹਾ ਦਿੰਦੇ ਆ ਹੁਣ ਕਈ ਕਿਸਾਨ ਵੀਰ ਮੈਨੂੰ ਪੁੱਛਦੇ ਸੀ ਮੈਂ ਪਿਛਲੀ ਵੀਡੀਓ ਚ ਲੇਟੀ ਕਿਹਾ ਸੀਗਾ ਯਾਰ ਇਹ ਲੇਟੀ ਕੀ ਹੁੰਦੀ ਹੈ ਸੰਤਾ ਲੇਟੀ ਤੇ ਨਹੀਂ ਪਤਾ ਤਾਂ ਦੋਸਤੋ ਜਿਹੜਾ ਕਣਕ ਦਾ ਦਲੀਆ ਹੁੰਦਾ ਨਾ ਇਹੇ ਲੇਟੀ ਹੁੰਦੀ ਆ ਇਹਨੂੰ ਕੀ ਕਰਨਾ ਆਪਾਂ ਰੈਨ ਲੈਣਾ ਰੈਣ ਕੇ ਠੰਡਾ ਕਰਕੇ ਸ਼ਾਮ ਨੂੰ ਜਦੋਂ ਪਾਣੀ ਪੀ ਲਿਆ ਉਸ ਤੋਂ ਬਾਅਦ ਦੇਣਾਗਾ ਦੋਸਤੋ ਇਹ ਤਾਂ ਹੈਗਾ ਗੱਬਨ ਪਸ਼ੂਆਂ ਲਈ ਤੇ ਜਿਹੜੇ ਕਿਸਾਨ ਵੀਰਾਂ ਦੀ ਮੱਝ ਸੂਣ ਵਾਲੀ ਆ ਚਾਹੇ ਸੂਣ ਦੇ ਵਿੱਚ 1 ਮਹੀਨਾ ਪਿਆ ਚਾਹੇ ਡੇਢ ਮਹੀਨਾ ਚਾਹੇ 2 ਮਹੀਨੇ ਆ ਤਾਂ ਉਹਨਾਂ ਨੇ ਕੀ ਕਰਨਾ ਦਲੀਆ ਤਾਂ ਬਿਲਕੁਲ ਇਸੇ ਤਰ੍ਹਾਂ ਹੀ ਦੇਣਾ ਬਸ ਦਲੀਏ ਦੇ ਵਿੱਚ 100 ਗ੍ਰਾਮ ਜਾਂ 150 ਗ੍ਰਾਮ ਸਰੋਂ ਦਾ ਤੇਲ ਐਡ ਕਰ ਲੈਣਾ ਬਸ ਜਦੋਂ ਸ਼ਾਮ ਨੂੰ ਪਾਣੀ ਪਿਆਤਾ ਤੇ ਜਦੋਂ ਆਪਾਂ ਆਹ ਦਲੀਆ ਰੈਣੀ ਕਿ ਧਰਨਾ ਨਾ ਤਾਂ ਉਦੋਂ ਬਸ ਵਿੱਚ ਸਰੋਂ ਦਾ ਤੇਲ 100 ਗ੍ਰਾਮ ਜ਼ਰੂਰ ਦਿਓ ਸਰੋਂ ਦਾ ਤੇਲ ਇੱਕ ਤਰ੍ਹਾਂ ਮਿਰਮਿਕਚਰ ਦਾ ਕੰਮ ਕਰੂਗਾ ਦੂਜਾ ਚਮੜੀ ਦੇ ਚੰਕੋ ਦਾ ਹੋਊਗਾ ਦੇਖਣ ਦੇ ਉਹ ਚਾਹੇ ਕਾਲੀ ਸ਼ਾ ਲੱਗੂਗੀ ਮੱਜ ਬਹੁਤ ਸੋਹਣੀ ਲੱਗੂਗੀ ਰਾਜੀ ਵੀ ਕਰੂਗਾ ਹੁਣ ਜਿਹੜੀ ਲੇਟੀ ਆ ਲੇਟੀ ਨੇ ਕੀ ਕਰਨਾ ਚਾਰ ਆਜੀ ਕਰਨਾ ਰੇਟੀ ਦੇ ਵਿੱਚ ਬਹੁਤ ਤਾਕਤ ਹੁੰਦੀ ਹੈ ਉਹਨੇ ਮੈਗਨੀਸ਼ੀਅਮ ਵੀ ਇਹਦੇ ਵਿੱਚ ਹੁੰਦਾ ਠੰਡੀ ਵੀ ਹੁੰਦੀ ਹੈਗੀ ਇਹ ਦਲੀਆ ਆਪਾਂ ਕਿਸੇ ਵੀ ਮੱਝ ਗਾਂ ਨੂੰ ਦੇ ਸਕਦੇ ਹਾਂ ਪਰ ਧਿਆਨ ਰਹੇ ਆਪਾਂ ਇਸ ਨੂੰ ਠੰਡਾ ਕਰਕੇ ਦੇਣਾ ਕਿਉਂਕਿ ਜੇਕਰ ਗਰਮ ਕਰਾਂਗੇ ਗਰਮੀ ਦੇਵਾਂਗੇ ਤਾਂ ਇਹ ਗਰਮ ਜੇਕਰ ਠੰਡਾ ਕਰਕੇ ਦੇਵਾਂਗੇ ਤਾਂ ਇਹ ਸਭ ਤੋਂ ਠੰਡਾਗਾ ਰੇਟੀ ਦੇ ਵਿੱਚ ਆਪਾਂ ਗੁੜ ਵੀ ਮਿਕਸ ਕਰ ਸਕਦੇ ਹਾਂ ਕਿਉਂਕਿ ਗੁੜ ਇੱਕ ਫਾਸਫਸ ਦਾ ਚੰਗਾ ਸਾਧਨਾ ਤੇ ਆਪਣੇ ਪਸ਼ੂਆਂ ਵਿੱਚ ਪਾਸਕਲ ਦੀ ਕਮੀ ਆਉਂਦੀ ਆ ਗੋੜ ਮਲਾਉਂਗੇ ਤਾਂ ਹੋਰ ਹੀ ਵਧੀਆ ਰਿਜ਼ਲਟ ਮਿਲਦਾ ਹੁਣ ਗੱਲ ਕਰਦੀਆਂ ਲੀਵੇ ਦੀ ਲੀਵੇ ਦੇ ਲਈ ਵੀ ਆਪਣੇ ਕੋਲ ਦੋ ਫਾਰਮੂਲੇ ਆ ਇੱਕ ਤਾਂ ਹੈਗਾ ਵਿਟਾਮਿਨ ਐ ਸਾਰੇ ਕਿਸਾਨ ਵੀਰੇ ਜਾਣਦੇ ਆ ਪਰ ਉਹ ਚੰਗੀ ਜੀ ਕੰਪਨੀ ਦਾ ਲੈਣਾ ਕਿਉਂਕਿ ਹੁਣ ਤਾਂ ਬਾਹਲੀਆਂ ਕੰਪਨੀਆਂ ਆ ਗਈਆਂ ਵਧੀਆਰੀ ਕੰਪਨੀ ਦਾ ਕਿੰਨਾ ਲੈਣਾ ਜਦੋਂ ਮੱਝ ਦੇ ਸੂਨ ਦੇ ਵਿੱਚ ਡੇਢ ਮਹੀਨਾ ਜਾਂ 2 ਮਹੀਨੇ ਰਹਿ ਗਏ ਉਦੋਂ ਚਾਲੂ ਕਰ ਦੇਣਾ 10 ਐਮਰਡ ਡੇਲੀ ਜਾ ਦੇਣੀ ਦੇਣਾ 10 ਤੋਂ ਲੈ ਕੇ 15 ਐਮ ਇਸ ਤੋਂ ਬਾਅਦ ਨਹੀਂ ਆਪਾਂ ਵਿਟਾਮਿਨ ਚ ਦੇਣਾ ਜੇਕਰ ਇਸ ਤੋਂ ਜ਼ਿਆਦਾ ਦੇਵਾਂਗੇ ਨਾ 20 ਐਮਐਲ 30 ਐਮਐਲ ਕਰਾਂਗੇ ਤਾਂ ਉਹਨੇ ਪਿਸ਼ਾਵ ਰਹੀ ਬਾਹਰ ਨਿਕਲ ਜਾਣਾਗਾ ਇਸ ਲਈ 10 ਤੋਂ 15 ਐਮਐਲ ਹੀ ਦੇਣਾਗਾ ਜੇਕਰ ਤੁਹਾਡੀ ਮੱਜ ਦੇ ਸੂਨ ਦੇ ਵਿੱਚ 20 ਦਿਨ ਜਮੀ ਨਹੀਂ ਰਹਿ ਗਿਆ ਫਿਰ ਆਪਾਂ ਜਿਹੜਾ ਅਲਸੀ ਹੁੰਦੀ ਹੈ ਇਹ ਦੇ ਸਕਦੇ ਹਾਂ ਰੋਜ਼ 100 ਗ੍ਰਾਮ ਡੇਲੀ ਆਪਾਂ ਲੇਟੀ ਦੇ ਵਿੱਚ ਪਾ ਕੇ ਅਲਸੀ ਵੀ ਦੇ ਸਕਦੇ ਇਸ ਦਾ ਵੀ ਰਿਜ਼ਲਟ ਆਪਣਾ ਜਿਹੜਾ ਲੇਵਗਾ ਆਪਣਾ ਜਿਹਨੂੰ ਚੱਡਾ ਗਿਆ ਤੇਨੇ ਆਰਡਰ ਕਰਨੇ ਉਸ ਉੱਪਰ ਬਹੁਤ ਜ਼ਿਆਦਾ ਵਧੀਆ ਆਉਂਦਾਗਾ ਹੁਣ ਦੋਸਤੋ ਜਿਹੜਾ ਲੇਟੀ ਹੈ ਨਾ ਹੁਣ ਵੇਖਣ ਨੂੰ ਚਾਹ ਲਾ ਦੋ ਯਾਰ ਕਣਕ ਦਾ ਦਲੀਆ ਤਾਂ ਅਸੀਂ ਰੋਜ਼ ਹੀ ਪੁੰਨਿਆ ਰੰਨ ਕੇ ਪਾਉਣੀ ਆ ਠੰਡਾ ਕਰਕੇ ਜਦੋਂ ਤੁਸੀਂ ਇੱਕ ਵਾਰੀ ਪਾਉਣ ਲੱਗੋ ਪਾਉਣੀ ਕਿੰਨੀ ਆ ਉਹ ਤੁਸੀਂ ਆਪ ਦੇ ਕਿਲੋ ਤਾਂ ਘੱਟ ਤਾਂ ਪਾਉ ਹੀ ਨਾ ਰਮਸਾ ਸਾਨੂੰ ਕਿਲੋ ਤਾਂ ਤੁਸੀਂ ਆਪਣੇ ਪਸ਼ੂ ਨੂੰ ਦੇ ਦਿਓ ਕਿਉਂਕਿ ਕਿਲੋ ਹੁੰਦਾ ਕਿੰਨਾ ਕਾ ਹੁਣ ਦੋਸਤੋ ਜੇਕਰ ਤੁਸੀਂ ਲੇਟਰੀ ਜਿਹੜੋ ਚਾਲੂ ਕਰਤੀ ਨਾ ਇੱਕ ਮਹੀਨੇ ਬਾਅਦ ਤੁਸੀਂ ਆਪ ਆਖੋਗੇ ਯਾਰ ਕਮਾਲ ਹੋ ਗਿਆ ਸੀ ਤਾਂ ਇੰਨੀ ਮਹਿੰਗੀਆਂ ਮਹਿੰਗੀਆਂ ਫੀਡਾਂ ਪਾਉਂਦੀ ਸੀ ਔਰ ਇਕੱਲੀ ਲੀਟ ਹੀ ਨਹੀਂ ਕੰਮ ਚੱਕਦਾ ਹੁਣ ਦੋਸਤੋ ਇਸ ਤੋਂ ਸਸਤਾ ਤੇ ਇਸ ਤੋਂ ਸੌਖਾ ਫਾਰਮੂਲਾ ਹੁਣ ਤੁਹਾਨੂੰ ਕੋਈ ਨਹੀਂ ਦੱਸ ਸਕਦਾ ਨਾ ਹੀ ਕਿਸੇ ਨੇ ਦੱਸਿਆ ਹੋਵੇਗਾ ਇਸ ਫਾਰਮੂਲੇ ਨਾਲ ਹਰ ਛੋਟੇ ਸੋਟਾ ਪਸ਼ੂ ਪਾਲਕ ਦੇ ਕਿਸਾਨ ਵੀ ਇਹ ਅਪਣਾ ਸਕਦਾ ਤੇ ਜੋ ਰਿਜ਼ਲਟ ਉਹਨੂੰ ਮਿਲਣਗੇ ਮੈਨੂੰ ਕਮੈਂਟ ਕਰਕੇ ਜਰੂਰ ਦੱਸਣਾ ਹੁਣ ਦਿਓ ਇਜਾਜ਼ਤ ਧੰਨਵਾਦ ਦੋਸਤੋ